ਕੁਲਵੰਤ ਸਿੰਘ ਕੰਤਾ ਇੱਕ ਮੈਟ੍ਰਿਕ ਪਾਸ 15-16 ਸਾਲ ਦਾ ਨੌਜਵਾਨ ਗੱਭਰੂ ਸੀ। ਮੇਰੇ ਕੋਲ ਹੱਥਕੜੀ, ਮੈਂ ਹੱਥਕੜੀ ਖੋਲ੍ਹੀ ਕੁਲਵੰਤ ਸਿੰਘ ਕੰਤੇ ਦੀ, ਮੈਂ ਆ ਕੇ ਕੈਂਟਰ 'ਚ ਬੈਠ ਗਿਆ। ਮੈਂ ਸਾਰਾ ਕੁਝ ਸੀਨ ਵੇਖੀ ਗਿਆ ਅੱਖੀ। ਇੱਥੇ ਗੋਲੀਆਂ ਮਾਰਤੀਆਂ, ਫਿਰ ਧੌਣ ਵੜਤੀ, ਨਹਿਰ ਛੁੱਟ ਦਿੱਤੀ ਇਸੇ ਜਗ੍ਹਾ 'ਤੇ। ਉਹਦੀ ਬੋਡੀ ਰਹਿ ਗਈ, ਬੋਡੀ ਦੇ ਵਿੱਚ ਉਹਦਾ ਕਮੀਜ਼ ਫੜ ਕੇ ਅਤੇ ਆ ਪੇਟ ਪਾੜਤਾ। ਉਹ ਨਾੜਾਂ ਕੱਟ ਦਿੰਦੇ ਸੀ, ਉਹ ਨਾੜਾਂ 'ਚ ਪਾਣੀ ਪੈ ਜਾਂਦਾ, ਜਿਹੜੀ ਲਾਸ਼ ਉੱਪਰ ਆਉਂਦੀ ਨਹੀਂ ਸੀ। ਦੋ ਜਣੇ ਚੱਕ ਕੇ ਦੋਨ ਇਹਦੇ ਵਿੱਚ ਸੁੱਟ ਦਿੱਤਾ। ਉਹਦੀ ਮੌਤ ਨੇ ਮੈਨੂੰ ਝੰਜੋੜ ਕੇ ਰੱਖਤਾ ਵੀ ਇੱਕ ਲਵਾ ਬੱਚਾ, 10ਵੀਂ ਪੜ੍ਹਦਾ ਬੱਚਾ, ਜਿਹਨੂੰ ਅਜੇ ਦੁਨੀਆ ਦੀ ਸੁੱਧ ਬੁੱਧ ਨਹੀਂ ਸੀ, ਅਤੇ ਇਹਨਾਂ ਨੇ ਉਹਨੂੰ ਕਾਊਂਟਰ ਕਰ ਦਿੱਤਾ। ਮੈਂ ਕਿਹਾ ਨਹੀਂ, ਡਿਊਟੀ ਨਹੀਂ ਕਰਨੀ, ਡਿਊਟੀ ਛੱਡ ਦੇ। ਅਤੇ ਮੈਂ ਪੁਲਿਸ ਦੇ ਅਗੇਂਸਟ ਆਵਾਜ਼ ਉਠਾ ਦਿੱਤੀ। ਮੇਰਾ ਨਾਮ ਸਤਵੰਤ ਸਿੰਘ ਮਾਨਕ, ਮੈਂ ਮੈਟ੍ਰਿਕ ਪਾਸ ਕਰਕੇ ਪਿੰਡ ਤੋਂ ਪੰਜਾਬ ਪੁਲਿਸ ਭਰਤੀ ਹੋਇਆ, ਕਿਉਂਕਿ ਘਰੋਂ ਗਰੀਬ ਸੀ। 1991 ਦੇ 11ਵੇਂ ਮਹੀਨੇ ਤੋਂ 12-4-93 ਦੇ ਪੀਰੀਅਡ ਦੇ ਵਿੱਚ CI ਸਟਾਫ ਦੇ ਵਿੱਚ 15-16 ਮੁਕਾਬਲੇ ਮੈਂ ਅੱਖੀ ਵੇਖੀ, ਜਿਨ੍ਹਾਂ ਦੇ ਕਿ 10 ਦਾ ਮੈਂ ਕੇਸ ਵੀ ਲੜ ਰਿਹਾ। ਉਦੋਂ ਇਹੋ ਜਿਹਾ ਦੌਰ ਸੀਗਾ, ਪੁਲਿਸ ਤੁਰੇ ਜਾਂਦੇ ਬੰਦੇ ਨੂੰ ਇਵੇਂ ਛੱਕ ਦੇ ਤੌਰ 'ਤੇ ਚੱਕ ਲੈਣਾ, ਜੇ ਕਿਸੇ ਦਾੜ੍ਹੀ ਰੱਖੀ ਹੈ, ਪੱਗ ਵਧੀਆ ਬੰਨ੍ਹੀ ਹੈ, ਜਾਂ ਜਿਹਦੇ ਕੜੇ ਪਾਏ ਹੈ, ਉਹਨਾਂ ਨੂੰ ਫੜ ਲੈਣਾ, ਦੇ ਖੜਕੂ ਹੋਣਗੇ। ਕਿਸੇ 'ਤੇ LMG ਫਿੱਟ ਕਰ ਦੇਣੀ ਹੈ, ਕਿਸੇ 'ਤੇ ਗਰਨੇਡ ਫਿੱਟ ਕਰ ਦੇਣੀ ਹੈ, ਕਿਸੇ 'ਤੇ ਅਸਾਲਟ ਫਿੱਟ ਕਰ ਦੇਣੀ ਹੈ। ਅਸਾਲਟਾਂ ਜਿਹੜੀਆਂ ਗਲਾਂ 'ਚ ਪਾਈਆਂ, ਉਹ ਚੱਕ ਕੇ ਕੋਲ ਵਿਖਾ ਦੇਣੀਆਂ, ਅਤੇ TV 'ਚ ਵਿਖਾ ਦੇਣੀਆਂ ਵੀ ਆਹ ਫੜੀਆਂ। ਰੀਅਰਲੀ ਮੁਕਾਬਲੇ ਤਾਂ 100 ਦੇ ਵਿੱਚੋਂ 15-20% ਹੀ ਹੋਏ, ਬਾਕੀ ਤਾਂ ਸਾਰੇ 70-75% ਡੁਪਲੀਕੇਟ ਮੁਕਾਬਲਾ। ਮੈਨੀ ਆਫ ਦ ਮੈਥਡਸ ਯੂਜ ਬਾਈ ਦ ਪੰਜਾਬ ਪੁਲਿਸ ਇਨ ਦ ਸਟੈਪਡ ਅਪ ਡਰਾਈਵ ਟੂ ਵਾਈਪ ਆਊਟ ਮਿਲੀਟੈਂਸੀ ਆਰ ਐਟ ਦ ਵੈਰੀ ਲੀਸਟ ਕੁਐਸਚਨੇਬਲ। ਇਟ ਇਜ਼ ਜਨਰਲੀ ਐਕਨੋਲਜਡ ਦੈਟ ਓਨਲੀ ਸਮ ਅਫੀਸ਼ੀਅਲ ਰਿਪੋਰਟਸ ਆਫ ਆਰਮਡ ਐਨਕਾਊਂਟਰਸ involving exchange of fire between the Indian security forces and armed Sikh groups are genuine. But the government turning a deaf ear to widely circulated reports on police atrocities. The Manak case is very interesting because Manak filed the case in 1994 in the High Court. That means most of the extrajudicial killings, which is part of this case, is about 10 encounters. He is a witness in each one of the case. This is Baljeet Singh Vadagar, Kulwant Singh Kanta, K. Singh. Ordinarily, the case should have been immediately decided, because ultimately, what is this case about? This case is about registering the crime and investigating it. They are putting the guilty person on trial, which is very first step in criminal justice system. Yet, nobody is deciding this case. So that shows a kind of consensus behind the scene, that whenever the state wants, they can suspend all laws, resort to wholesale violence, and once the population is suppressed, then restore back to a kind of democratic mask
so that the rest of the population who have not been victimized, they will not even understand. Only the victims understand. The people who have not been touched by this violence, they say it's all talk, nothing happened. ਮੇਰੇ ਕਹਿਣ ਦਾ ਭਾਵ ਆ ਵੀ ਫਾਰਮ ਭਰਿਆ ਹੋਵੇ ਅਤੇ ਛੇ ਛੇ ਦੀ ਅਸੀਂ ਮਤਲਬ ਵੀ ਬਣਾ ਕੇ ਫਾਰਮ ਐਂਟਰ ਹੋਈਏ ਅੱਜ ਆਪਣੇ ਜਿਹੜੇ ਹਾਈਕੋਰਟ ਤਰੀਕ ਉਹਦਾ ਪਹਿਲਾ ਨੰਬਰ ਫਸਟ ਇਸ ਕਰਕੇ ਡਰਾਈਵਰ ਸਾਹਿਬ ਨੂੰ ਕਹਿੰਦੇ ਵੀ ਛੇ ਛੇ ਦੀ ਤੇਜ਼ੀ ਨਾਲ ਚੱਲ ਘਰੋਂ ਆਇਆ ਰੋਟੀਆਂ ਲੈ ਕੇ ਅਤੇ ਆ ਕੇ ਫਾਟਕਾਂ ਤੋਂ ਅੱਗੋਂ 8 ਵਜੇ ਅਤੇ ਉੱਥੋਂ ਲੈ ਗਈ ਪੁਲਿਸ ਫੜ ਕੇ ਅਤੇ ਮਗਰੋਂ ਜਿਹਾ ਪਤਾ ਲੱਗਾ ਵੀ ਫਰੀਦਕੋਟ ਵਾਲੀ ਪੁਲਿਸ ਲੱਗੀ ਆ ਲੱਭਦੇ ਰਹੇ ਚੱਲ ਆ ਕੇ ਅਤੇ ਰੱਖ ਕੇ ਉਹਨਾਂ ਨੇ ਮਹੀਨਾ 2 ਮਹੀਨੇ ਦੇ ਮਾਰਤਾ ਸਾਲ ਭਰ ਲੱਭਦੇ ਰਹੇ ਉੱਜੜਦੇ ਰਹੇ ਮਗਰ ਛੋਟੇ ਛੋਟੇ ਜਵਾਕ ਸੀਗੇ ਅਤੇ 6, 8, 21 ਹੋ ਗਏ 12, 13, 21, 22 18 ਵਰੇ ਹੋ ਗਏ ਆ ਲੱਭਦਿਆਂ ਫਿਰਦਿਆਂ ਨੂੰ ਅੱਜ ਜਿਹੜਾ ਕਿ ਸਾਨੂੰ ਪਤਾ ਨਹੀਂ ਵੀ ਹੈਗਾ ਕਿ ਮਾਰਤਾ ਕਿ ਰੱਖ ਲਿਆ ਹੁਣ ਸਾਨੂੰ ਤਾਂ ਖਾਣ ਕੇ ਦੱਸਿਆ ਵੀ ਆਹ ਗੱਲ ਹੋ ਗਈ ਵੀ ਐਵੇਂ ਹੱਥ ਕਰੀਦੇ ਸੀ ਅਦਾਲਤ ਦੇ ਵਿੱਚ ਭਾਈ ਬਲਜੀਤ ਸਿੰਘ ਨੇ ਕਿਹਾ ਸੀਗਾ ਕਿ ਪੁਲਿਸ ਮੈਨੂੰ ਮਾਰਨ ਵਾਸਤੇ ਲਿਆਈ ਹੈ ਜੱਜ ਨੇ ਵਕੀਲ ਦੀ ਰਾਏ ਲਈ ਵਕੀਲ ਨੇ ਕਹਿ ਦਿੱਤਾ ਕਿ ਇਹਦੇ ਡੰਡਾ ਬੀੜੀ ਲਵਾ ਦੇਵੋ ਕਿਉਂਕਿ ਕੱਲ੍ਹ ਨੂੰ ਇਹ ਪੁਲਿਸ ਕੋਲ ਬਿਆਨ ਨਾ ਬਣ ਜਾਵੇ ਕਿ ਇਹ ਕਹਿ ਦੇਣ ਵੀ ਸਾਡੇ ਕੋਲੋਂ ਭੱਜ ਗਿਆ ਪੁਲਿਸ ਨੂੰ ਜੱਜ ਨੇ 1 ਦਿਨ ਦਾ ਰਿਮਾਂਡ ਦਿੱਤਾ ਜੋ ਕਿ ਇਹਨਾਂ ਨੇ 29/11/92 ਨੂੰ ਪੇਸ਼ ਕਰਨਾ ਸੀ ਅਦਾਲਤ ਦੇ ਵਿੱਚ ਉਸੇ ਰਾਤ ਹੀ ਇਹਨਾਂ ਨੇ ਬਲਜੀਤ ਸਿੰਘ ਨੂੰ ਲਿਜਾ ਕੇ ਅਤੇ ਮੁਕਾਬਲਾ ਬਣਾ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਭਗੌੜਾ ਕਰਾ ਦਿੱਤਾ ਦੇ ਦਿੱਤਾ ਕਿ ਸਾਡੇ ਕੋਲੋਂ ਭੱਜ ਗਿਆ ਅਤੇ ਸਾਨੂੰ ਭਾਈ ਮਾਣਕ ਜੀ ਨੇ ਦੱਸਿਆ ਕਿ ਉਸਦਾ ਮੁਕਾਬਲਾ ਬਣਾਇਆ ਗਿਆ ਭਰਾ ਸਜੀਵਾਂ ਹੁੰਦੇ ਆ ਅਤੇ ਹਰ ਇੱਕ ਥਾਂ ਦੇ ਭਰਾ ਚੇਤੇ ਹੋ ਜਦੋਂ ਵੀ ਕਿਤੇ ਕੋਈ ਲੋੜ ਪੈਂਦੀ ਹੈ ਪਹਿਲਾਂ ਭਰਾ ਜੀ ਲੜਕੀ 3 ਮਹੀਨੇ ਦੀ ਸੀਗੀ ਜਦੋਂ ਉਸ ਨੂੰ ਸਰਤ ਆਈ ਉਹਨੇ ਕਹਿਣਾ ਮੇਰੇ ਪਾਪੇ ਦੀ ਫੋਟੋ 'ਤੇ ਇਹਦਾ ਨੱਕ ਵੀ ਹੈਗਾ ਮੂੰਹ ਵੀ ਹੈਗਾ ਇਹ ਬੋਲਦਾ ਕਿਉਂ ਨਹੀਂ ਅਸੀਂ ਉਹਨੂੰ ਦੱਸੋ ਸੀ ਕਿਵੇਂ ਦੱਸੀਏ ਕਿਵੇਂ ਬੋਲਦਾ ਇਹਨਾਂ ਨੂੰ ਨਾ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਜਿੰਨੀ ਮੈਂ ਦੁਖੀ ਸੀ ਨਾ ਤਾਂ ਉਹਨਾਂ ਕੋਈ ਜੱਗ 'ਤੇ ਦੁਖੀ ਨਹੀਂ ਹੋਣਾ ਗਾ ਬਹੁਤ ਦੁਖੀ ਕੀਤਾ ਨਰਮ ਜੇ ਐਂ ਵਰਤੀ ਵਿਆਹਤੀ ਸੀ ਕਿਤੇ ਚੱਲ ਨਾ ਕੋਈ ਇੰਨਾ ਸੂਹ ਸਪੜਾ ਵੀ ਮੈਨੂੰ ਤਾਂ ਹੈ ਨਹੀਂ ਸੀਗਾ ਵਿਕਾਸ ਦਾ ਪਤਾ ਵੀ ਹੈ ਨਹੀਂ ਸੀਗਾ ਤਾਂ ਮੈਨੂੰ ਤਾਂ ਇਹ ਜੀ ਉਮਰ 'ਚ ਪਾਤਾ ਅਤੇ ਮੁੜ ਕੇ ਬੱਚੀ ਹੋਣ ਵਾਲੀ ਹੋ ਗਈ ਚੀਆਂ ਬਾਅਦ ਮਹੀਨਿਆਂ ਬਾਅਦ ਬੱਚੀ ਹੋ ਗਈ ਉਹਦੇ ਬਾਅਦ ਮਰੇ ਤੋਂ ਅਤੇ ਉਦੋਂ ਦੀ ਕੰਮ ਧੰਦੇ ਕਰਨ ਲੱਗੀ ਹਾਂ ਮੈਂ ਉਹੀ ਵਿਹਲਾ ਝੋਰਾ ਵੱਢ ਵੱਢ ਖਾ ਜਾਂਦਾ ਵੀ ਇਹ ਮੇਰੇ ਨਾਲ ਗੱਲ ਵੀਤ ਵੀ ਕੀ ਗਈ ਬਿਨਾਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸੀਗੀ ਪੰਚਾਇਤ ਨੇ ਮੁੜ ਕੇ ਉਹਨਾਂ ਨੇ ਮੰਨੀ ਨਹੀਂ ਪੰਚਾਇਤ ਦੀ ਜਦੋਂ ਪੰਚਾਇਤ ਦੂਜੀ ਵਾਰੀ ਗਈ ਉਦੋਂ ਨੂੰ ਉਦੋਂ ਪਤਾ ਲੱਗਾ ਜਦੋਂ ਅਖਬਾਰ ਆ ਗਿਆ ਵੀ ਬਸ ਨਰਮਲ ਨੇ ਮਤਾ ਮਾਰਤਾ ਸਾਨੂੰ ਅਖਬਾਰ 'ਤੇ ਪਤਾ ਲੱਗਾ ਵੀ ਇਹਨਾਂ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਆ ਫੜ ਕੇ ਲੈ ਕੇ ਜਾਂਦੇ ਸੀ ਨਾ ਮੈਨੂੰ ਇਹਦਾ ਨੀਂਦ ਆਉਂਦੀ ਸੀ ਇਹ ਵੀ ਫਿਕਰ ਰਹਿੰਦਾ ਸੀ ਵੀ ਜੇ ਇਹਨਾਂ ਨੂੰ ਕਾਊਂਟਰ ਕਰਤਾ ਤਾਂ ਬੱਚਿਆਂ ਦਾ ਕੀ ਬਣੂੰਗਾ ਮੇਰੀ ਜ਼ਿੰਦਗੀ ਦਾ ਕੀ ਬਣੂੰਗਾ ਠੀਕ ਹੈ ਮੇਰੀ ਜ਼ਮੀਰ ਜਾਗ ਪਈ ਮੈਨੂੰ ਨਹੀਂ ਚੰਗੀ ਲੱਗਿਆ ਕੰਮ ਉਸ ਤੋਂ ਬਾਅਦ ਮਹਿਕਮਾ ਮੇਰੇ ਨਾਲ ਲੱਗਣ ਲੱਗ ਪਿਆ ਮਹਿਕਮੇ ਨੇ ਫਿਰ ਮੈਨੂੰ 42 ਦਿਨ ਇੰਟੈਰੋਗੇਸ਼ਨ ਕੀਤਾ ਵੀ ਤੂੰ ਖਾੜ ਖੂਹਾਂ ਨਾਲ ਮਿਲ ਚੁੱਕਿਆ ਮੈਨੂੰ ਬਿਠਾ ਕੇ ਇਸ ਤਰ੍ਹਾਂ ਆਹ ਥਾਂ ਬੰਨਦੇ ਮੇਰੇ ਐਂ ਬੰਨਦੇ ਇੱਥੋਂ ਬੰਨ ਲਿਆ ਅਤੇ ਆਹ ਬਾਹੋਂ ਪਿੱਛੇ ਇੱਥੇ ਪੱਟਾਂ 'ਤੇ ਰੱਖਦਾ ਕੋਟਾ ਇੱਕ ਜਣਾ ਇੱਧਰ ਬੈਠ ਗਿਆ ਇੱਕ ਜਣਾ ਇੱਧਰ ਬੈਠ ਗਿਆ ਇੱਕ ਜਣਾ ਉੱਤੇ ਖੜ ਗਿਆ ਬਸ ਫਿਰ ਉਹਦੇ ਐਂ ਫਿਰ ਉਹ ਫਿਰਿਆ ਆਹ ਚੀਜ਼ਾਂ ਤੋੜਤੀਆਂ
ਘੋਟਾ ਜਦੋਂ ਉੱਤੇ ਐਂ ਫੇਰਿਆ ਰੂਲਾ ਅਤੇ ਉਹਦੇ ਨਾਲ ਆਹ ਆਹ ਫਟ ਗਿਆ। ਇਹਦੇ ਵਿੱਚ ਦੂਰ ਮਿਰਚ ਪਾਉਂਦੇ ਰਹੋ, ਆਹ ਉਂਗਲ 'ਤੇ ਡਾਂਗ ਮਾਰੀ, ਆਹ ਉਂਗਲ ਟੁੱਟੀ ਹੋਈ ਹੈ, ਆਹ ਉਂਗਲ ਜਿਹੜੀ ਨਾ ਆਹ ਆਹ ਉਂਗਲਾਂ ਤਾਂ ਐਂ ਮਿਚਦੀਆਂ, ਆਹ 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 ਨਹੀਂ ਮੁੜਦੀ ਦੂਗਾ। ਲਾਈਟ ਅੱਗੇ ਰੱਖਣਾ, ਲਾਈਟ ਦੇ ਅੱਗੇ ਰੱਖ ਲੈਣਾ, ਕਰੰਟ ਨਾ ਜਿਹੜਾ ਉਹ ਇੱਥੋਂ ਸਿਕੰਜਾ ਚਾੜ ਲੈਣਾ, ਇੱਥੇ ਇੱਥੇ ਵੀ ਲਾਉਣਾ, ਇੱਥੇ ਵੀ ਅਤੇ ਬਾਥਰੂਮ 'ਤੇ ਲੰਮਾ ਬੰਦੇ ਨੂੰ ਪਾ ਲੈਣਾ, ਉਹਦੇ ਆਹ ਨੱਕ ਰਾਣੀ ਪਾਣੀ ਪਾਈ ਜਾਣਾ, ਪੇਟ 'ਚ ਪਾਣੀ ਚਲੇ ਜਾਏ, ਉਹ ਪੇਟ 'ਚ ਪਾਣੀ ਪੈ ਜਾਂਦਾ ਬੰਦਾ ਫੁੱਲ ਜਾਂਦਾ ਵੱਜਦਾ ਨਹੀਂ। ਤੱਤਾਂ ਨੂੰ ਇੱਕ ਜਣੇ ਇੱਥੋਂ ਫੜ ਲੈਣਾ, ਐਂ ਕਰ ਲੈਣਾ, ਦੂਜੇ ਨੇ ਐਂ ਕਰਨਾ, ਇੱਕ ਇੱਕ ਨੇ ਇੱਧਰ ਕੁਝ ਐਂ ਖਿਲਾ ਦੇਣਾ ਬੰਦੇ ਨੂੰ, ਬਿਲਕੁਲ ਐਸਾ ਖਿਲਾ ਦੇਣਾ, ਉਹਦੇ ਨਾਲ ਜਿਹੜਾ ਆਹ ਨਾੜਾਂ ਸਾਰੀਆਂ ਸਾਰੀਆਂ ਟੁੱਟ ਗਈਆਂ, ਬੰਦਾ ਬਿਲਕੁਲ ਹੀ ਬੇਕਾਰ ਹੋ ਗਿਆ। ਪੁਲਿਸ ਨੇ ਇਹਨਾਂ ਦੀ ਵੀ ਇੰਨੀ ਕੁੱਟਮਾਰ ਕੀਤੀ ਸੀ, ਨਾ ਤੁਰਿਆ ਫਿਰਿਆ ਜਾਂਦਾ ਸੀ ਜ਼ਿਆਦਾ, ਨਾ ਕੋਈ ਭਾਰ ਚੱਕ ਸਕਦੇ ਸੀ, ਨਾ ਬੱਚਿਆਂ ਨੂੰ ਚੱਕ ਸਕਦੇ ਸੀ, ਅਤੇ ਇਹਨਾਂ ਨੂੰ ਫੜ ਕੇ ਬਾਥਰੂਮ ਕਰਾਉਣਾ, ਲੈਟਰਿੰਗ ਕਰਾਉਣੀ, ਲਗਾਤਾਰ ਬੈਠ ਨਹੀਂ ਸਕਦਾ, ਲਗਾਤਾਰ ਖੜ ਵੀ ਨਹੀਂ ਸਕਦਾ, ਇੰਨਾ ਕੁ ਵੀਕ ਹੋ ਗਿਆ ਸੀ, ਕੋਈ ਘਰ 'ਚ ਕਮਜ਼ੋਰੀ ਸੀ ਅਤੇ ਕਮਜ਼ੋਰੀ ਹੋਣ ਕਰਕੇ ਖੁਰਾਕ ਨਹੀਂ ਲਈ ਗਈ, ਪੂਰਾ ਪ੍ਰੋਪਰ ਇਲਾਜ ਨਹੀਂ ਕਰਾਇਆ ਗਿਆ, ਕਈ ਹੁਣ ਸਰੀਰ ਦੇ ਵਿੱਚ ਤਕਲੀਫਾਂ ਹੈਗੀਆਂ, ਉਹ ਦਰਦਾਂ ਕਰਦੀਆਂ, ਫਿਰ ਕਈ ਤਾਂ ਚਲੋ ਕੋਈ ਨਹੀਂ ਪਾਤਸ਼ਾਹ ਨੂੰ ਕਹਿ ਛੱਡੀ ਤਾਂ ਤੂੰ ਹੀ ਆਰਾਮ ਦੇ। ਨਾਂ ਨੋਟ ਕਰ ਲਾ ਅਤੇ ਵੀ ਪਾਸ ਬਣਾ ਦੇ, 6-6 ਦੀ ਅਸੀਂ ਐਂਟਰ ਹੋ ਜਾਈਏ, ਕਿਉਂਕਿ ਅਸੀਂ ਕਿਸੇ ਦੀ ਸੁਣਵਾਈ ਖੁਦ ਸੁਣਨੀ ਚਾਹੁੰਦੇ ਹਾਂ। ਸੱਚੇ ਪਾਤਸ਼ਾਹ ਕਿਰਪਾ ਕਰੇ, ਅੱਜ CBI ਦੀ ਇਨਕੁਆਇਰੀ ਲੱਗ ਜਾਏ ਅਤੇ ਜਿਨ੍ਹਾਂ ਨਾਲ ਧੱਕਾ ਹੋਇਆ ਉਹਨਾਂ ਨੂੰ ਇਨਸਾਫ ਮਿਲ ਜਾਏ ਅਤੇ ਜਿਨ੍ਹਾਂ ਨੇ ਧੱਕਾ ਕੀਤਾ ਇਹਨਾਂ ਨੂੰ ਸਜ਼ਾਵਾਂ ਮਿਲ ਜਾਣ। ਅੱਜ ਅਸੀਂ ਬਹੁਤ ਹੁੰਮ ਹੁਮਾ ਕੇ ਮਤਲਬ ਪਹੁੰਚੇ ਸੀਗੇ ਵੀ ਸਾਡਾ ਨੰਬਰ ਪਹਿਲੇ 'ਤੇ ਹੈ ਅਤੇ ਅੱਜ ਸਾਡੇ ਕੇਸ ਦੀ ਸੁਣਵਾਈ ਹੋਊਗੀ, ਅਤੇ ਹੋਇਆ ਇਹ ਵੀ ਉਹਦੇ ਅੱਗੇ ਕੇਸ ਹੋਰ ਲੱਗ ਗਏ, ਹੋਰ ਲੱਗਣ ਕਾਰਨ ਸਾਡਾ ਜਿਹੜਾ ਕੇਸ ਆ ਅੱਜ ਨਹੀਂ ਲੱਗਿਆ। ਇਹ ਸਾਲ ਤਾਂ ਕੋਰਟ ਨੇ ਇਸੇ ਗੱਲ ਦੇ ਵਿੱਚ ਕੱਢ ਦਿੱਤੇ ਕਿ ਕੇਸ ਚੱਲਣਾ, ਪਰਚਾ ਦਰਜ ਹੋਣਾ ਕਿ ਨਹੀਂ ਹੋਣਾ, ਫਸਟ ਇਨਫੋਰਮੇਸ਼ਨ ਰਿਪੋਰਟ, ਕਿਉਂਕਿ ਕ੍ਰਿਮੀਨਲ ਕੇਸ ਵਿੱਚ ਜਦੋਂ ਕੇਸ ਸ਼ੁਰੂ ਹੁੰਦਾ ਤਾਂ ਉਹਦਾ ਸਭ ਤੋਂ ਪਹਿਲਾ ਸਟੈਪ ਹੁੰਦਾ ਕਿ ਤੁਸੀਂ ਇੱਕ ਰਿਪੋਰਟ ਜਿਹਨੂੰ ਆਪਾਂ ਕਹਿੰਦੇ ਫਸਟ ਇਨਫੋਰਮੇਸ਼ਨ ਰਿਪੋਰਟ, ਜਿਹੜਾ ਕੋਈ ਕਹਿੰਦਾ ਕਿ ਜੀ ਮੇਰੇ ਇਹ ਜ਼ੁਲਮ ਹੋਇਆ ਮੈਂ ਦੇਖਿਆ, ਤਾਂ ਤੁਸੀਂ ਰਿਪੋਰਟ ਲਿਖੋ ਤਾਂ ਕਿ ਤੁਸੀਂ ਤਫਤੀਸ਼ ਸ਼ੁਰੂ ਕਰ ਸਕੋ। ਇਹ ਪਹਿਲਾ ਸਟੈਪ ਲੈਣਾ ਕਿ ਨਹੀਂ ਲੈਣਾ, ਇਹਦੇ ਲਈ ਹੀ 19 ਸਾਲ ਬੀਤ ਗਏ। ਤੁਹਾਡੀ ਪਟੀਸ਼ਨ ਸਿਰਫ ਇਸ ਲਈ ਸੀ ਕਿ ਜੀ ਇਹ ਪਹਿਲਾ ਸਟੈਪ ਲਓ ਅਤੇ ਇਹ ਤਫਤੀਸ਼ ਤੁਸੀਂ ਕਿਸੇ ਸੈਂਟਰਲ ਏਜੰਸੀ ਤੋਂ ਕਰਾਓ, ਕਿਉਂਕਿ ਪੰਜਾਬ ਪੁਲਿਸ ਨੇ ਤਾਂ ਕਰਨਾ ਨਹੀਂ ਆਪਣੇ ਖਿਲਾਫ਼। ਹਾਲਾਂਕਿ ਕੋਰਟ ਨੇ 2007 ਵਿੱਚ ਕਹਿਤਾ ਸੀ ਕਰੋ, ਫਿਰ ਇਹਨਾਂ ਨੇ ਅਪੀਲ ਕਰਤੀ, ਫਿਰ 2 ਜੱਜਾਂ ਨੇ ਇੱਕ ਜੱਜ ਦੀ ਜੱਜਮੈਂਟ ਨੂੰ ਸਟੇਅ ਕਰਤਾ, ਰੋਕ ਦਿੱਤਾ, ਫਿਰ ਵੀ ਕੁਛ ਨਹੀਂ ਹੋਇਆ ਅਤੇ ਹੁਣ 5 ਸਾਲ ਬਾਅਦ ਦੁਬਾਰਾ ਸੁਣਵਾਈ 'ਤੇ ਕੇਸ ਪਹੁੰਚਿਆ। ਸਿਰਫ ਇੰਨੀ ਛੋਟੀ ਜਿਹੀ ਗੱਲ
ਜਿਹੜੇ ਕਤਲਾਂ ਬਾਰੇ ਤੁਸੀਂ ਦੱਸਿਆ ਉਹ ਕਤਲ ਪੁਲਿਸ ਇਨਵੈਸਟੀਗੇਟ ਕਰੇਗੀ ਕਿ ਨਹੀਂ ਕਰੇਗੀ? ਫਿਰ ਇਨਵੈਸਟੀਗੇਟ ਕਰਨ ਤੋਂ ਬਾਅਦ ਫਿਰ ਉਹ ਰਿਪੋਰਟ ਮੈਜਿਸਟਰੇਟ ਕੋਲ ਦੇਵੇਗੀ ਕਿ ਨਹੀਂ ਦੇਵੇਗੀ? ਕਿਹਨਾਂ ਮੁਜਰਮਾਂ ਦੇ ਖਿਲਾਫ ਦੇਵੇਗੀ? ਫਿਰ ਕੇਸ ਚੱਲੇਗਾ, ਫਿਰ ਗਵਾਹੀਆਂ ਹੋਣਗੀਆਂ, ਫਿਰ ਸਬੂਤ ਪੇਸ਼ ਹੋਣਗੇ, ਫਿਰ ਕਿਤੇ ਸਜ਼ਾ ਦਾ ਟਾਈਮ ਆਏਗਾ। ਜਦੋਂ ਮੈਂ ਇਹਨਾਂ ਦੇ ਖਿਲਾਫ ਕੇਸ ਕਰਤਾ ਹਾਈਕੋਰਟ ਦੇ ਵਿੱਚ, ਅਤੇ ਪੁਲਿਸ ਨੇ ਕੀ ਕੀਤਾ ਵੀ ਉਹਨਾਂ ਦੇ ਵੀ ਹੁਣ ਜਾਂ ਤਾਂ ਇਹਨੂੰ ਮਾਰ ਦਈਏ ਅਤੇ ਜਾਂ ਇਹਦਾ ਪਰਿਵਾਰ ਚੱਕੀਏ ਵੀ ਇਹ ਤਾਂ ਸਾਡੇ ਕੋਲ ਆਊਗਾ, ਵੀ ਇਹਦੀ ਜਿਹੜੀ ਆਵਾਜ਼ ਉਠਾਈਏ ਬੰਦ ਕਰੀਏ। ਪੁਲਿਸ ਮੈਨੂੰ ਤਾਂ ਆਸੇ ਪਾਸੇ ਕਰ ਦਿੰਦੇ ਹੁੰਦੇ ਸੀਗੇ ਵੀ ਸਹੁਰਾ ਅਤੇ ਸੱਸ ਮੇਰੀ ਵੀ ਤੂੰ ਪੁੱਤਰ ਸਾਹਮਣੇ ਨਹੀਂ ਆਉਣਾ ਇਹਨਾਂ ਦੇ, ਅਤੇ ਬਾਅਦ 'ਚ ਫਿਰ ਅੱਗੇ ਪਿੱਛੇ ਹੋ ਜਾਣਾ, ਕਿਸੇ ਦੇ ਘਰ ਬੈਠ ਜਾਣਾ ਬੱਚੇ ਲੈ ਕੇ, ਮੈਂ ਇਹਨਾਂ ਦੇ ਡੈਡੀ ਤਾਂ ਉਹ ਵੀ ਕਿਤੇ ਹੋਰ ਪੈ ਜਾਂਦੇ ਹੁੰਦੇ ਸੀ। ਇੱਦਾਂ ਬਸ ਅਸੀਂ ਕਿਤੇ ਕਿਤੇ ਰਹਿੰਦੇ ਸੀ, ਕਿਤੇ ਕਿਤੇ ਰਹਿੰਦੇ ਸੀ। ਜਦੋਂ ਬੱਚਿਆਂ ਨੂੰ ਬਦਲ ਕੇ ਸਕੂਲ ਜਦੋਂ ਬਦਲਣਾ, ਉਹਨਾਂ ਨੇ ਇੱਕ ਸਾਲ ਪਿੱਛੇ ਹਟਾ ਕੇ ਇਹਨਾਂ ਦੀ ਕਲਾਸ ਚਲਾਉਣਾ ਨਾ। ਜਦੋਂ ਮੈਂ ਦੌੜਿਆ ਭੱਜਿਆ ਫਿਰਦਾ ਸੀਗਾ, ਉਹ ਪੁਲਿਸ ਮੇਰੇ ਫਾਸਾ ਨੂੰ ਲੈ ਜਾਂਦੀ ਫੜ ਕੇ। ਤੁਸੀਂ ਮਾਨਕ ਬਾਰੇ ਦੱਸਦੇ ਨਹੀਂ ਕਿੱਥੇ ਆ, ਉਹ ਫਾਜ ਸਾਹਿਬ ਨੂੰ ਟਾਰਚਰ ਕੀਤਾ, ਟਾਰਚਰ ਕਰਕੇ ਜਦੋਂ ਜ਼ਿਆਦਾ ਟਾਰਚਰ ਕੀਤਾ ਅਤੇ ਉਹਨਾਂ ਨੇ ਛੱਡ ਦਿੱਤਾ। ਉਸ ਤੋਂ ਮਹੀਨਾ ਕੁ ਬਾਅਦ ਮਤਲਬ ਉਹਨਾਂ ਦੀ ਡੈਥ ਹੋ ਗਈ, ਕਿਉਂਕਿ ਉਹ ਟੋਰਚਿੰਗ ਨਾ ਸਾਰਦੇ ਹੋਏ ਚਲੇ ਗਏ। ਉਦੋਂ ਮੇਰੇ ਮਨ ਦੇ ਵਿੱਚ ਇਹ ਖਿਆਲ ਹੈ ਵੀ ਮੈਂ ਕਿ ਐਡਾ ਕੁ ਨਿਭਾਗਾ ਬੰਦਾ ਵੀ ਜਿਹਦੇ ਆਪਦੇ ਫਾਜ ਸਾਹਿਬ ਦੀ ਅਰਥੀ ਨੂੰ ਕੰਧਾ ਵੀ ਲਾ ਸਕਿਆ ਅਤੇ ਹੱਥੀ ਉਹਨੂੰ ਅਗਨੀ ਭੇਟ ਕਰਨੀ ਸੀ ਵੱਡਾ ਪੁੱਤ ਹੋਣ ਦੇ ਨਾਤੇ, ਉਹ ਵੀ ਨਹੀਂ ਕਰ ਸਕਿਆ। ਕਈ ਵਾਰ ਤਾਂ ਆਮ ਲੋਕਾਂ ਦੇ ਵਿੱਚ ਪਹਿਲਾਂ ਤਾਂ ਗੱਲ ਨਹੀਂ ਸੀ ਸ਼ਰਮ ਦਾ ਮਾਰਾ ਕਰਦਾ ਵੀ ਲੋਕ ਕਹਿਣਗੇ ਵੀ ਆਪ ਤਾਂ ਇਹਨੇ ਪੁਲਿਸ ਦੇ ਖਿਲਾਫ ਆਵਾਜ਼ ਉਠਾ ਲਈ ਦੋਸ਼ੀ ਅਤੇ ਪਿਓ ਇਹਨੇ ਮਰਵਾਤਾ, ਅਤੇ ਮੈਨੂੰ ਕੋਈ ਇਹ ਸ਼ਬਦ ਨਾ ਕੋਈ ਬੋਲੇ ਵੀ ਤੇਰੀ ਵਜ੍ਹਾ ਕਾਰਨ ਮਤਲਬ ਤੇਰੇ ਪਿਓ ਨੂੰ ਇਸ ਤਰ੍ਹਾਂ ਪੁਲਿਸ ਨੇ ਕੁੱਟ ਕੇ ਮਾਰਤਾ। ਅੱਜ ਅਸੀਂ ਚੰਡੀਗੜ੍ਹ ਤੋਂ 22 ਬੱਸ ਆਏ ਸੀਗੇ ਅਤੇ ਫਿਰ ਕਈ ਵਾਰੀ ਫਾਈਨੈਂਸ਼ੀਅਲ ਵੀ ਡਾਊਨ ਹੋ ਜਾਂਦਾ, ਅਸੀਂ 22 ਬੱਸ ਹੀ ਆਏ ਹਾਂ ਜੀ, 22 ਬੱਸ ਹੀ ਜਾਵਾਂਗੇ। ਹੁਣ ਰਾਤ ਨੂੰ 1 ਵਜੇ 1:30 ਵਜੇ ਪਹੁੰਚਾਂਗੇ ਜੀ। ਜੇ ਹਾਈਕੋਰਟ ਦੇ ਵਿੱਚ ਚੀਫ ਜਸਟਿਸ ਸਾਹਿਬ ਨਾਲ ਬਹਿਸ ਸਾਹਿਬ ਦੀ ਮਤਲਬ ਬਹਿਸ ਹੋਈ, ਉੱਧਰ ਦੂਜੀ ਪਾਰਟੀ ਦੇ ਵੀ 7-8 ਵਕੀਲ ਬਹਿਸ ਕੀਤੀ ਉਹਨਾਂ ਨੇ ਵੀ, ਅਤੇ ਜਿਹੜਾ ਫੈਸਲਾ ਉਹ ਰਿਜ਼ਰਵ ਰੱਖ ਲਿਆ ਉਹਨਾਂ ਨੇ। ਫਾਈਨਲੀ ਦਾ ਅਪੀਲ ਵਾਸ ਹਰਡ, ਜੱਜਿਸ ਵਰ ਐਕਚੁਲੀ ਸੋਲਡ ਔਨ ਟੂ ਦਾ ਪੁਲਿਸ ਆਫਿਸਰਸ ਆਰਗੂਮੈਂਟ ਦੈਟ ਇਨ ਦਾ ਰਿਟ ਪਟੀਸ਼ਨ ਵੀ ਹੈਵ ਗਿਵਨ ਵੈਰੀ ਲਿਟਲ ਡੀਟੇਲਸ, so they were not accepting even his statement that he is an eyewitness. They say we have not stated so, but when we check the petition we have clearly stated that I am an eyewitness, I was posted in CA staff, these people were tortured at CA staff. The real issue is that when they were tortured and killed, I witnessed that episode. They were saying he was not an eyewitness to the encounter. Our answer was that encounter is fake. Encounter as described has never taken place. I possibly can't be an eyewitness of an encounter which has never happened. ਡੇਢ ਪੌਣੇ ਦੋ ਸਾਲ CA ਸਟਾਫ ਨੇ ਸਾਰੇ 15 ਝੂਠੇ ਹੀ ਕੀਤੇ ਹੈ, ਓਰੀਜਨਲ ਮੁਕਾਬਲਾ 'ਚ ਹੈ ਹੀ ਕੋਈ ਨਹੀਂ ਗਾ। If the judgment is in our favor, then the CBI will investigate. If the judgment will say that somebody else should investigate, somebody else will investigate. If the judgment says there is no need to investigate, then we'll challenge it to the Supreme Court.
ਥੱਕੇ ਤਾਂ ਅਸੀਂ ਹੈਗੇ ਹਾਂ ਪਰ ਅਸੀਂ ਇੰਨੇ ਵੀ ਥੱਕੇ ਨਹੀਂ ਗਏ ਵੀ ਆਪਦਾ ਅਸੀਂ ਹੱਕ ਹੀ ਛੱਡ ਦਈਏ ਅਸੀਂ ਹੱਕ ਨਹੀਂ ਆਪਦਾ ਛੱਡਣਾ ਇਨਸਾਫ ਦੋਣਾ ਹੀ ਦੋਣਾ ਇਨਸਾਫ ਲੈਣ ਦੀ ਖਾਤਰ ਹੱਕ ਮੰਗਿਆ ਨਹੀਂ ਮਿਲਦੇ ਹੱਕ ਲੈਣੇ ਪੈਂਦੇ ਆ way Indian system operate is that they actually do not in theory ever acknowledge that they don't follow the law but yet they defeat the law by delaying it by delaying it by delaying it so it requires a very long stamina and a very great hope and a kind of die hard optimist to carry on which Manak is ਇਨਸਾਫ ਲੈਣ ਦੀ ਖਾਤਰ ਘਰ ਵੀ ਗੋਣਾ ਪਿਆ ਸਰੀਰ ਵੀ ਗੋਣਾ ਪਿਆ ਬਜ਼ੁਰਗ ਵੀ ਗੋਣੇ ਪਏ ਦਬਣਾ ਨਹੀਂ ਨਾ ਡਰਨਾ ਨਾ ਦਬਣਾ ਨਾ ਵਿਕਣਾ ਇਨਸਾਫ ਪਾਲਦੇ ਇਨਸਾਫ ਮਿਲਣਾ ਇਨਸਾਫ ਲੈ ਕੇ ਰਹਾਂਗੇ